ਜੀ ਪ੍ਰਧਾਨਮੰਤਰੀ ਕਹਿੰਦੇ ਸਾਨੂੰ ਦੇਸ਼ ਤੋਂ ਖਤਰਾ ਹੈ ਜਿਵੇਂ ਉਸ ਦਿਨ ਆਏ ਸੀ ਅਸ ਤਾਂ ਇੱਥੇ ਰਹਿਣੇ ਆ ਜੀ ਸਾਨੂੰ ਤਾਂ ਇਸ ਤੱਕ ਦੇ ਖਤਰਾ ਮਹਿਸੂਸ ਨਹੀਂ ਕਰਿਆ ਸ਼ਾਇਦ ਉਹਨਾਂ ਨੂੰ ਕੋਈ ਲੱਗਿਆ ਪਰ ਕੋਈ ਖਤਰੇ ਵਾਲੀ ਗੱਲ ਹੀ ਕਿਸੇ ਦਾ ਕਸੂਰ ਕੋਈ ਨਹੀਂ ਹੈਗਾ ਸੋ ਤਾਂ ਹੀ ਕਿਤੇ ਨਾ ਕਿਤੇ ਪ੍ਰੋਪੋਗੰਡਾ ਕਰਕੇ ਇਸ ਨੂੰ ਗਲਤ ਰਾਹਾਂ 'ਤੇ ਤੋਰਨ ਦੀ ਕੋਸ਼ਿਸ਼ ਹੈ ਅਸੀਂ ਆਸ ਉਮੀਦ ਇਹੀ ਲੈ ਕੇ ਆਏ ਵੀ ਕਿਸੇ ਨਾ ਕਿਸੇ ਉਹਨਾਂ ਰੈਪੂਟੇਸ਼ਨ ਵਧੀਆ ਬਣਾਈ ਜਾਵੇ ਪੰਜਾਬ ਦੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਲਾਕਾਰਾਂ ਨੂੰ ਹੁਣ ਹੋਰ ਅੱਗੇ ਆਉਣਾ ਚਾਹੀਦਾ ਰਾਣੀ ਨਹੀਂ ਕਲਾਕਾਰ ਕੋਈ ਜੰਮਦੇ ਕਲਾਕਾਰ ਬਣਦੇ ਨੇ ਜਾਂ ਰਾਜਨੀਤਿਕ ਲੀਡਰ ਜਿਹੜੇ ਹੁੰਦੇ ਨੇ ਉਹ ਜੰਮਦੇ ਲੀਡਰ ਨੇ ਇਹ ਤਾਂ ਕੋਈ ਮਾਂ ਦੇ ਢਿੱਡੋਂ ਕੋਈ ਕਿੱਤਾ ਲੈ ਕੇ ਜਾਂ ਪੇਸ਼ਾ ਲੈ ਕੇ ਨਹੀਂ ਆਉਂਦਾ ਮੈਨੂੰ ਪ੍ਰਧਾਨੀਆਂ ਦੀ ਕਿਆ ਲੋੜ ਹੈ ਯਾਰ मैसेज बस सारे एकजुटता के भाईचारे का मैसेज ही है जी यूथ की रैली रखी थी सो इन्होंने भरावान ने मान सम किया करके इन्हों सारों एक ही मैसेज देना आए हैं भी सारा कुछ आप भाईचारा रखना आप देखते यूथ तो पंजाब को बहुत उम्मीदा ने सो दैट्स वाई अच्छ असं यूथ नाल थोड़ी इंट्रैक्शन रखी थी प्रधानमंत्री कहते सू देश तो खतरा जिम्मे उस दिन आए थे उन्होंने कहा तीन मैंबरी कमेटी बनाई गई अच्छा जांच कर रही है तीन मैंबरी कमेटी भी उन्होंने क्यों रोकया गया कि समझो कि बाकी आपको खतरा है देश तो अपने अस तो इतने रहने जी सू तो इस तक कहीं खतरा महसूस नहीं कर बाकी शायद उन्होंने कोई लगे पर कोई खतरे वाली गल ही खतरा तो इस तरीके ना होया चन्नी कहंदे ने भी 700 बंदे नहीं आए रैली दे विच इस च मेरा की कसूर हां वो तो फिर किसी का कसूर कोई नहीं हैगा ना सो ता ही कितना कितने प्रोपोगंडा करके इसनु गलत रावां दे तोड़न दी कोशिश है साडे पंजाब मैं कहना जिन्ना पंजाब सुरक्षित है ता कितने भी कोई कोई राष्ट्रपति राज दी मांग कर रहे ने कैप्टन अमरिंदर सिंह बिल्कुल गलत है बिल्कुल गलत है तुहानू लगदा भाई जिस तरह चोणां दा माहौल नेड़े आ तुसी कलाकार हो तुहानू नौजवान पीढ़ी प्यार करदी है कोई होर भी कलाकार हैगे तुहाडे संपर्क दे विच ने जो कांग्रेस पार्टी ज्वाइन कर सकते हैं अरे क्या क्वेश्चन है पहले तो मैं कलाकार हाँ है पता की गल है ये हरेक का आपो अपना कहना सोच का विषय है जो उन्होंने ठीक लगू तो अभी किसी कोई किसी जब मैं किसी के कहते थोड़ी आया मेरा आपका दिल कर मेरा मेरे मन कोई ना कोई विचार से करके मैं आया ना मैं किसी सिद्धू होना सियासी गलियारा सिद्धू मूसे वाला सिद्धू मूसे वाला मानसा तो चोन लड़नी पक्की है जी ਇਹ ਯਾਰ ਹਲੇ ਕੋਈ ਫਾਈਨਲ ਨਹੀਂ ਜਿਹੜੀਆਂ ਗੱਲਾਂ ਦਾ ਮੈਂ ਤੁਹਾਨੂੰ ਜਵਾਬ ਦੇ ਹੀ ਨਹੀਂ ਸਕਦਾ ਚੋਣ ਲੜਨੀ ਪਈ ਤਾਂ ਲੜ ਲਾਂਗੇ ਚੋਣ ਲੜਨ ਦੇ ਵਿੱਚ ਕੀ ਹੈ ਤੁਸੀਂ ਕਹਿ ਚੁੱਕੇ ਹੋ ਆਪਣੇ ਫੇਸਬੁੱਕ ਹੈਂਡਲ ਤੋਂ ਮੈਂ ਚੋਣ ਲੜਾਂਗਾ ਹਾਂ ਲੜਾਂਗੇ ਚੋਣ ਭਾਈ ਜਿਸ ਤਰ੍ਹਾਂ ਸਿੱਧੂ ਦੀ ਗੱਲ ਕਿ ਦੋ ਸਿੱਧੂ ਦੋਨੇ ਪਿਆਰ ਕਰ ਰਹੇ ਨੇ ਪੰਜਾਬ ਨੂੰ ਕਿ ਲੱਗਦਾ ਹੁਣ ਵੀ ਦੋਨੇ ਸਿੱਧੂ ਜਿਹੜਾ ਪੰਜਾਬ ਦਾ ਭਲਾ ਕਰਨਗੇ ਪਤਾ ਕੀ ਗੱਲ ਅਸੀਂ ਆਸ ਉਮੀਦ ਇਹੀ ਲੈ ਕੇ ਆਏ ਵੀ ਕਿਸੇ ਨਾ ਕਿਸੇ ਉਹਨਾਂ ਰੈਪੂਟੇਸ਼ਨ ਵਧੀਆ ਬਣਾਈ ਜਾਵੇ ਪੰਜਾਬ ਦੀ ਸੋ ਸਾਡਾ ਇਹੀ ਮੰਤਵ ਹੈ ਹੋਰ ਕੋਈ ਸਿਆਸੀ ਅਹੁਦਿਆਂ ਦਾ ਜਾਂ ਕੋਈ ਹੋਰ ਲਾਲਚ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਸ ਮੈਂ ਤਾਂ ਇਹੀ ਚੀਜ਼ ਚਾਹੁੰਦਾ ਮੇਰਾ ਜਿਹੜਾ ਮੰਤਵ ਇਹੀ ਹੈ ਵੀ ਕਿਵੇਂ ਨਾ ਕਿਵੇਂ ਕਰਕੇ ਮੈਂ ਇੱਕ ਇਹੋ ਜਿਹਾ ਦਰਵਾਜ਼ਾ ਖੋਲ ਦਿਆਂ ਤਾਂ ਜੋ ਮੇਰੇ ਪਿੱਛੇ ਹੋਰ ਵੀ ਮੇਰੇ ਭਰਾ ਜਿਹੜੇ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੇ ਨੇ ਕੁਝ ਚੰਗਾ ਕਰਨਾ ਚਾਹੁੰਦੇ ਨੇ ਉਹ ਮੇਰੇ ਪਿੱਛੇ ਪਿੱਛੇ ਆ ਕੇ ਟਕਸਾਲੀ ਕਾਂਗਰਸੀ ਕਹਿ ਰਹੇ ਨੇ ਮਾਨਸਾ ਤੋਂ ਰੈਲੀਆਂ ਕਰ ਰਹੇ ਨੇ ਯੂਥ ਆਗੂ ਨੇ ਵੀ ਰੈਲੀ ਕੀਤੀ ਆ ਉਹ ਕਹਿੰਦੇ ਵੀ ਅਸੀਂ ਲੜਨਾ ਹੈ ਵੀ ਸਿੱਧੂ ਮੂਸੇ ਵਾਲੇ ਨੂੰ ਹਜੇ ਟਿਕਟ ਨਹੀਂ ਮਿਲਣੀ ਚਾਹੀਦੀ ਉਹ ਕੋਈ ਦਿੱਕਤ ਨਹੀਂ ਹੈਗੀ ਪਤਾ ਕੀ ਗੱਲ ਆ ਉਹ ਵਿਰੋਧ ਸਿੱਧੂ ਮੂਸੇ ਵਾਲੇ ਦਾ ਨਹੀਂ ਉਹ ਤਾਂ ਜੇ ਟਿਕਟ ਦਾ ਵਿਰੋਧ ਹੈ ਉਹ ਮੇਰੀ ਥਾਂ ਤੇ ਕੋਈ ਹੋਰ ਟਿਕਟ ਲੜਦਾ ਉਹਨਾਂ ਨੇ ਉਹਦਾ ਵਿਰੋਧ ਕਰਨਾ ਸੀ ਸੋ ਇਹ ਵਿਰੋਧ ਕਰੇ ਸਾਰਾ ਰਾਜਨੀਤੀ ਦਾ ਹਿੱਸਾ ਹੈ ਸਿਆਸਤ ਦਾ ਹਿੱਸਾ ਹੈ ਇੱਥੇ ਵਿਰੋਧ ਵੀ ਕਰਦੇ ਨੇ ਕਈ ਹੱਕ 'ਚ ਵੀ ਆਉਂਦੇ ਨੇ ਕਈ ਵਾਰੀ ਵਿਰੋਧ ਕਰਨ ਵਾਲੇ ਵੀ ਹੱਕ 'ਚ ਪ੍ਰਚਾਰ ਕਰਦੇ ਨੇ ਬਾਅਦ 'ਚੋਂ ਫਿਰ ਸੋ ਇਹ ਚੀਜ਼ਾਂ ਰਾਜਨੀਤੀ ਦਾ ਹਿੱਸਾ ਹੈ ਸੋ ਹਰੇਕ ਨੂੰ ਆਪਣਾ ਹੱਕ ਹੈ ਸਾਨੂੰ ਇਸ ਚੀਜ਼ ਤੋਂ ਪ੍ਰੋਬਲਮ ਹੀ ਕੋਈ ਨਹੀਂ ਕਲਾਕਾਰਾਂ ਦੀ ਬਾਈ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਬਹੁਤ ਘੱਟ ਕਲਾਕਾਰ ਨੇ ਜਿਹੜਾ ਰਾਜਨੀਤੀ ਦੇ ਵਿੱਚ ਆਪਣੇ ਪੈਰ ਜਮਾ ਚੁੱਕੇ ਨੇ ਜਿਸ ਤਰ੍ਹਾਂ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਬਾਕੀ ਕਲਾਕਾਰ ਨੇ ਜਿਹੜਾ ਉਹ ਪਿੱਛੇ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਲਾਕਾਰਾਂ ਨੂੰ ਹੁਣ ਹੋਰ ਅੱਗੇ ਆਉਣਾ ਚਾਹੀਦਾ ਰਾਜਨੀਤੀ ਨਹੀਂ ਕਲਾਕਾਰ ਕੋਈ ਜੰਮਦੇ ਕਲਾਕਾਰ ਬਣਦੇ ਨੇ ਜਾਂ ਰਾਜਨੀਤਿਕ ਲੀਡਰ ਜਿਹੜੇ ਹੁੰਦੇ ਨੇ ਉਹ ਜੰਮਦੇ ਲੀਡਰ ਨੇ ਇਹ ਤਾਂ ਕੋਈ ਮਾਂ ਦੇ ਢਿੱਡੋਂ ਕੋਈ ਕਿੱਤਾ ਲੈ ਕੇ ਜਾਂ ਪੇਸ਼ਾ ਲੈ ਕੇ ਨਹੀਂ ਆਉਂਦਾ ਸੋ ਇਹ ਜਿਉਂ ਜਿਉਂ ਬੰਦਾ ਸਮਾਜ 'ਚ ਵਿਚਰਦਾ ਉਹਨੂੰ ਆਪਣੀਆਂ ਖੂਬੀਆਂ ਪਤਾ ਲੱਗਦੀਆਂ ਨੇ ਸੋ ਉਸ ਅਕੋਰਡਿੰਗ ਉਸ ਕਿਸੇ ਵੀ ਖੇਤਰ ਦੇ ਵਿੱਚ ਚੱਲਦੇ ਨੇ ਕਹਿੰਦੇ ਯੂਥ ਬਹੁਤ ਪਿਆਰ ਕਰ ਰਿਹਾ ਸਿੱਧੂ ਮੂਸੇ ਵਾਲੇ ਨੂੰ ਔਰ ਸਿੱਧੂ ਮੂਸੇ ਵਾਲੇ ਨੂੰ ਪੰਜਾਬ ਦਾ ਯੂਥ ਦਾ ਪ੍ਰਧਾਨ ਵੀ ਸ਼ਾਇਦ ਲਾ ਸਕਦੇ ਨੇ ਹਾਂਜੀ ਯੂਥ ਦਾ ਪ੍ਰਧਾਨ ਪੰਜਾਬ ਦਾ ਲਾ ਸਕਦੇ ਨੇ ਓਏ ਯਾਰ ਮੈਂ ਤਾਂ ਉਹੀ ਗੱਲ ਮੈਂ ਤੁਹਾਨੂੰ ਕਹੀ ਜਾਂਦਾ ਵੀ ਮੇਰਾ ਪ੍ਰਧਾਨਗੀਆਂ ਨਾਲ ਜਾਂ ਅਹੁਦਿਆਂ ਨਾਲ ਉਹਦਾ ਕੋਈ ਵਿਸ਼ਾ ਹੀ ਨਹੀਂ ਹੈਗਾ ਨਾ ਮੈਂ ਕਿਸੇ ਚੀਜ਼ 'ਤੇ ਦਾਅਵੇਦਾਰੀ ਠੋਕਦਾ ਵੀ ਮੇਰਾ ਮੈਨੂੰ ਉਸ ਦੀ ਉਹਦਾ ਪ੍ਰਧਾਨ ਲਓ ਜਾਂ ਉਹਦਾ ਲਓ ਮੈਂ ਪ੍ਰਧਾਨੀਆਂ ਖਾਤਰ ਮੈਨੂੰ ਪ੍ਰਧਾਨੀਆਂ ਦੀ ਕਿਆ ਲੋੜ ਹੈ ਯਾਰ ਮੈਂ ਤਾਂ ਇੱਥੇ ਜਿਹੜਾ ਕੰਮ ਕਰਨ ਆਇਆ ਮੇਰਾ ਮਤਲਬ ਇਹ ਹੈ ਮੇਰਾ ਮਕਸਦ ਇਹ ਹੈ ਵੀ ਪਹਿਲਾਂ ਜਦੋਂ ਬੰਦਾ ਵਿਕਾਸ ਸ਼ੁਰੂ ਹੁੰਦਾ ਵਿਕਾਸ ਉਹਦੇ ਘਰ ਤੋਂ ਸ਼ੁਰੂ ਹੁੰਦਾ ਮੈਂ ਆਪਦੇ ਘਰ ਦਾ ਵਿਕਾਸ ਕੀਤਾ ਉਸ ਤੋਂ ਬਾਅਦ ਮੈਂ ਆਪਦੇ ਪਿੰਡ ਦੇ ਵਿਕਾਸ 'ਤੇ ਆਇਆ ਉਸ ਤੋਂ ਬਾਅਦ ਮੈਂ ਆਪਦੇ ਜ਼ਿਲ੍ਹੇ 'ਤੇ ਆਇਆ ਸੁਖਵੀਰ ਬਾਦਲ ਦਾ ਬਿਆਨ ਆਇਆ ਪਰਸੋਂ ਹੀ ਕਹਿੰਦੇ ਵੀ ਤੁਹਾਨੂੰ ਇਸ ਕਰਕੇ ਪਾਰਟੀ ਦੇ ਵਿੱਚ ਲੈ ਕੇ ਆਉਂਦਾ ਕਿਉਂਕਿ ਕਾਂਗਰਸ ਕੋਲੋਂ ਨਾ ਬੰਦੇ ਨਹੀਂ ਇਕੱਠੇ ਹੁੰਦੇ ਸੀ ਜਦੋਂ ਸਿੱਧੂ ਮੂਸੇਵਾਲਾ ਆਉਂਦਾ ਤਾਂ ਨੌਜਵਾਨ ਵੀ ਇਕੱਠੇ ਹੋ ਜਾਂਦੇ ਨੇ ਬੰਦੇ ਵੀ ਇਕੱਠੇ ਹੋ ਜਾਂਦੇ ਨੇ ਤਾਂ ਕਰਕੇ ਕਾਂਗਰਸ ਪਾਰਟੀ ਜੁਆਇਨ ਕਰਾਈ ਆ ਉਹਨੇ ਉਹ ਯਾਰ ਪਤਾ ਹੁਣ ਕਿਸੇ ਦੀ ਕੀ ਪਰਸੈਪਸ਼ਨ ਹੈ ਮੇਰੇ ਲਈ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਇੱਥੇ ਲੱਖਾਂ ਹੀ ਬੰਦੇ ਨੇ ਲੱਖਾਂ ਨਹੀਂ
मेरे खिलाफ लखा लखा सोचा होनगियां ना। सो कोई भी बंदा ओहदा आपदा पॉइंट ऑफ व्यू है, मेरा अपना पॉइंट ऑफ व्यू है, जो उन्होंने ये लगता ठीक है, पर मेरा मैनू ये लगता भी वो गलत ने। भाई इन फ्यूचर एंटरटेनमेंट इंडस्ट्री दे नाल जुड़े रहोगे या पॉलिटिक्स ही नेरी बना देंगे नेरी एंटरटेनमेंट दा चली जाना। जेड़ा मीडिया है मीडिया थानू एज अ पॉलिटिशियन करार दे गया सारे दे सारा, बट जेड़े तुहाडे भरा ने यूथ है ओह अजे भी सिद्धू नू सिद्धू ही देखदा है। मैं देखी यार इलेक्शनां तों बाद मेरे गाने आउणगे, उस तों बाद देखियो चीज। अलीशा बेगम एक औरत का दुख एक औरत ही समझ सकती है, रूहानी ते काली शक्तियां दी मालकन, दुनिया दा सब तो चमत्कारी इल्म मेरे कोल है, मेरे कीते नू कोई कट नहीं सकदा। काला इल्म करना आते तोड़ना हर एक दे बस दी गल नहीं। परेशानी जिवें लव मैरिज, पति पत्नी च झगड़ा, सौतन दुश्मन तो छुटकारा, तलाक केस, बुरे सपने, विदेश यात्रा, बुरी संगत जां नशा छुड़ाना, बीमारी च दवा ना लगना, वशीकरण एक सच्चाई है, वशीकरण करवाओ, मन चाह प्यार पाओ। की तुहाडी किस्मत च लॉटरी दा योग है जां नहीं, सच्चाई जानो, लॉटरी नंबर पाओ, भावें 649 होवे जां लोटो मैक्स, 11 घंटे च करवाओ हर परेशानी दा हल घर बैठे, अष्टाम पेपर ते लिख के लवो कम दी गारंटी, जकेड़े तो बाहर है तुरंत संपर्क करो, तुहाडी हर गल गुप्त रखी जावेगी। अलीशा बेगम। वर्ल्ड फेमस बाबा सलीम खान 21 बार गोल्ड मेडलिस्ट, सारियां थावां तो निराश अते मायूस होने वाले एक बार फोन जरूर करो, जिवें चाहोगे ओवें होएगा। इट्स माय प्रॉमिस इमीडिएटली रिजल्ट, ओपन चैलेंज, इल्मा दे माहिर ए टू जेड समस्यावां दा फोन ते घर बैठे करवाओ हल, वशीकरण अते मुठकरनी, लव मैरिज, सौतन अते दुश्मन तो छुटकारा, पक्का काम पक्का हल, 101% गारंटी, अष्टाम पेपर समेत सब तो पहला काम करन दा वादा, नौकरी प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी चनबन जा दुटोना, मनमोहनी वशीकरण करवाओ जा तोड़वाओ, रुसे नू मनाओ। हुणे कॉल करो बाबा सलीम खान 98199 37467।